ਉੱਚੀ ਬੋਲੋ ਯਸੂ ਚਾਨਣ ਹੈ। ਹਾਲੇਲੂਇਆ। ਸੋ ਆਈਏ ਅਸੀਂ ਵਚਨ ਪੜ੍ਹਾਂਗੇ ਯੋਹੰਨਾ ਦੀ ਕਿਤਾਬ 12 ਅਧਿਆਇ ਤੇ ਉਹਦੀ 46 ਨੰਬਰ ਐਕਟ। ਮੈਂ ਚਾਹਾਂਗਾ ਕੋਈ ਜਣਾ ਜਲਦੀ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਦੇਵੇ। ਮੈਂ ਜਗਤ ਦੇ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਰਭਰ ਕਰਦਾ ਹੈ ਉਹ ਹਨੇਰੇ ਵਿੱਚ ਨਾ ਰਹੇ। ਬੋਲੀ ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਆਪਣੇ ਵਚਨ ਦੇ ਵਿੱਚ ਕੀ ਕਹਿ ਰਹੇ ਨੇ, ਕਹਿੰਦੇ ਮੈਂ ਜਗਤ ਵਿੱਚ ਇਸ ਸੰਸਾਰ ਦੇ ਵਿੱਚ ਚਾਨਣ ਹੋ ਕੇ ਆਇਆ ਹਾਂ। ਕੀ ਹੋ ਕੇ ਆਇਆ ਹਾਂ ਜੀ? ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਸ਼ਚਾ ਕਰੇ, ਵਿਸ਼ਵਾਸ ਕਰੇ, ਉਹ ਹਨੇਰੇ ਵਿੱਚ ਨਾ ਰਹੇ। ਅਗਰ ਤੁਸੀਂ ਪ੍ਰਭੂ ਯਿਸੂ ਮਸੀਹ ਤੇ ਨਿਸ਼ਚਾ ਕੀਤੀ ਹੈ, ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਹੈ ਤੇ ਹੁਣ ਤੁਹਾਨੂੰ ਹਨੇਰੇ ਵਿੱਚ ਨਹੀਂ ਚੱਲਣਾ ਚਾਹੀਦਾ। ਹਾਲੇਲੂਇਆ। ਹਨੇਰਾ ਤੁਹਾਡੀ ਜ਼ਿੰਦਗੀ ਦੇ ਉੱਤੇ ਰਾਜ ਨਹੀਂ ਕਰਨਾ ਚਾਹੀਦਾ। ਹਨੇਰੇ ਦੀਆਂ ਸ਼ਕਤੀਆਂ ਤੁਹਾਡੇ ਜੀਵਨ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਹਨੇਰੇ ਦੀਆਂ ਗੱਲਾਂ, ਨੈਗੇਟਿਵ ਗੱਲਾਂ ਤੁਹਾਡੇ ਜੀਵਨ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਹਾਲੇਲੂਇਆ। ਕਿਉਂਕਿ ਕਲਾਮ 'ਚ ਲਿਖਿਆ ਹੈ, ਪ੍ਰਭੂ ਯਿਸੂ ਮਸੀਹ ਨੇ ਕਿਹਾ ਬਈ ਜਿਹੜਾ ਮੇਰੇ ਉੱਤੇ ਨਿਸ਼ਚਾ ਕਰੇਗਾ ਉਹ ਹਨੇਰੇ ਵਿੱਚ ਨਹੀਂ ਰਹੇਗਾ। ਹਾਲੇਲੂਇਆ। ਸਾਡੇ ਜੀਵਨ ਵਿੱਚ ਪ੍ਰਭੂ ਯਿਸੂ ਮਸੀਹ ਦਾ ਚਾਨਣੇ ਆ, ਪ੍ਰਭੂ ਯਿਸੂ ਮਸੀਹ ਖੁਦ ਆਪ ਚਾਨਣੇ ਆ, ਉਹ ਸਾਡੇ ਜੀਵਨ ਵਿੱਚ ਆ ਚੁੱਕਾ ਆ, ਤੇ ਫਿਰ ਸਾਨੂੰ ਹਨੇਰੇ ਵਿੱਚ ਚੱਲਣ ਦੀ ਲੋੜ ਨਹੀਂ, ਹਨੇਰੇ ਵਿੱਚ ਠੋਕਰ ਖਾਣ ਦੀ ਲੋੜ ਨਹੀਂ, ਔਰ ਸਾਨੂੰ ਹਨੇਰੇ ਤੋਂ ਬਚਣ ਦੀ ਲੋੜ ਆ। ਹਾਲੇਲੂਇਆ। ਜਦੋਂ ਤੁਸੀਂ ਕਿਤੇ ਹਨੇਰੇ ਵਿੱਚ ਚੱਲਦੇ ਹੋਵੋ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਹਨੇਰੇ ਵਿੱਚ ਤੁਹਾਨੂੰ ਠੋਕਰ ਵੱਜਣ ਦਾ ਕੀ ਰਹਿੰਦਾ ਆ? ਤੁਸੀਂ ਬੋਲੋ। ਜਦੋਂ ਅਸੀਂ ਹਨੇਰੇ ਵਿੱਚ ਮਨ ਨੂੰ ਚੱਲਦੇ ਹਾਂ, ਹਨੇਰਾ ਹੋਵੇ, ਚਾਨਣ ਨਾ ਹੋਵੇ, ਰਸਤੇ ਵਿੱਚ, ਗਲੀ ਵਿੱਚ, ਸੜਕ ਤੇ ਜਾਂ ਕਿਤੇ ਵੀ ਪੂਰਾ ਹਨੇਰਾ ਹੋਵੇ, ਚਾਨਣ ਨਾ ਹੋਵੇ, ਤੇ ਸਾਨੂੰ ਠੋਕਰ ਵੱਜਣ ਦਾ ਕੀ ਰਹਿੰਦਾ ਆ? ਡਰ ਰਹਿੰਦਾ ਆ। ਕਿਸੇ ਦੇ ਵਿੱਚ ਵੱਜਣ ਦਾ ਡਰ ਰਹਿੰਦਾ ਆ, ਕੋਈ 60 ਫੀਟ ਵੱਜਣ ਦਾ ਡਰ ਰਹਿੰਦਾ ਆ। ਪਰ ਜਦੋਂ ਅਸੀਂ ਚਾਨਣ ਵਿੱਚ ਹੁੰਦੇ ਹਾਂ ਤੇ ਅਸੀਂ ਆਪਣੀਆਂ ਅੱਖਾਂ ਨਾਲ ਸਭ ਕੁਛ ਦੂਰ ਦੂਰ ਤੱਕ ਦੇਖ ਸਕਦੇ ਹਾਂ, ਔਰ ਅਸੀਂ ਉਸ ਠੋਕਰ ਤੋਂ, ਉਸ ਪੱਥਰ ਤੋਂ, ਉਸ ਮੁਸੀਬਤ ਤੋਂ, ਉਸ ਕੰਡੇ ਤੋਂ, ਉਸ ਜਾਨਲੇਵਾ ਜਾਨਵਰ ਤੋਂ ਬਚ ਸਕਦੇ ਹਾਂ। ਹਾਲੇਲੂਇਆ। ਇਹੀ ਫਰਕ ਹੈ ਹਨੇਰੇ ਅਤੇ ਚਾਨਣ ਵਿੱਚ। ਹਨੇਰਾ ਹਮੇਸ਼ਾ ਠੋਕਰ ਖਵਾਉਂਦਾ ਆ, ਨੁਕਸਾਨ ਕਰਦਾ ਆ, ਔਰ ਚਾਨਣ ਹਮੇਸ਼ਾ ਸਾਨੂੰ ਠੋਕਰ ਤੋਂ ਬਚਾਉਂਦਾ ਆ, ਸਾਨੂੰ ਰੋਸ਼ਨੀ ਦਿੰਦਾ ਆ, ਸਾਨੂੰ ਚੱਲਣਾ ਸਿਖਾਉਂਦਾ ਆ, ਸਾਨੂੰ ਸਭ ਕੁਛ ਨਜ਼ਰ ਆਉਂਦਾ ਆ ਉਹਦੇ ਵਿੱਚ। ਹਾਲੇਲੂਇਆ। ਇਸ ਕਰਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਹੜੇ ਲੋਕ ਆਉਂਦੇ ਆ, ਵਿਸ਼ਵਾਸ ਕਰਦੇ ਆ, ਉਹਨਾਂ ਦੇ ਜੀਵਨ ਵਿੱਚ ਸਿਰਫ ਔਰ ਸਿਰਫ ਚਾਨਣ ਹੁੰਦਾ ਆ, ਹਨੇਰਾ ਨਹੀਂ ਹੁੰਦਾ। ਹਾਲੇਲੂਇਆ। ਪਰ ਕੁਛ ਲੋਕ ਪ੍ਰਭੂ ਵਿੱਚ ਚੱਲ ਕੇ ਵੀ ਅਗਰ ਹਨੇਰੇ ਵਿੱਚ ਤੁਰੇ ਫਿਰਦੇ ਆ, ਹਨੇਰੇ ਵਿੱਚ ਠੋਕਰ ਖਾ ਰਹੇ ਆ, ਸੰਸਾਰਕ ਕੰਮਾਂ ਦੇ ਵਿੱਚ ਆਪਣਾ ਸਮਾਂ ਵਿਅਰਥ ਕਰ ਰਹੇ ਆ, ਉਹਨਾਂ ਨੂੰ ਠੋਕਰ ਵੀ ਵੱਜਦੀ ਆ, ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਆ ਕਿ ਭਾਈ ਜਾਗੋ ਅਤੇ ਪ੍ਰਭੂ ਯਿਸੂ ਮਸੀਹ ਨੂੰ ਪਹਿਚਾਣੋ, ਜਿਹੜਾ ਜਗਤ ਦਾ ਚਾਨਣ ਹੋ ਕੇ, ਸਾਡਾ ਚਾਨਣ ਹੋ ਕੇ ਸਾਡੇ ਲਈ ਆਇਆ, ਜਿਹਨੇ ਸਾਡੀ ਜ਼ਿੰਦਗੀ 'ਚੋਂ ਹਨੇਰਾ ਦੂਰ ਕੀਤਾ, ਅਤੇ ਜੇਕਰ ਅਸੀਂ ਚਾਨਣ ਵਿੱਚ ਚੱਲਦੇ ਹੋਏ ਵੀ ਹਨੇਰੇ ਵਾਲੇ ਕੰਮਾਂ ਵਿੱਚ ਤੁਰੇ ਫਿਰੀਏ, ਸੰਸਾਰ ਕੰਮਾਂ ਦੇ ਵਿੱਚ ਤੁਰੇ ਫਿਰੀਏ, ਅਤੇ ਫਿਰ ਕਿੱਦਾਂ ਅਸੀਂ ਪਰਮੇਸ਼ੁਰ ਦੇ ਕੋਲੋਂ ਉਹ ਬਰਕਤ ਨੂੰ ਲੈ ਸਕਦੇ ਹਾਂ? ਕਿੱਦਾਂ ਅਸੀਂ ਠੋਕਰ ਤੋਂ ਬਚ ਸਕਦੇ ਹਾਂ? ਠੋਕਰ ਤੋਂ ਅਸੀਂ ਉਦੋਂ ਬਚਾਂਗੇ ਜਦੋਂ
ਅਸੀਂ ਚੰਨ ਵਿੱਚ ਪੂਰੀ ਤਰ੍ਹਾਂ ਚੱਲਾਂਗੇ ਔਰ ਹਨੇਰੇ ਤੋਂ ਹਮੇਸ਼ਾ ਦੂਰ ਰਵਾਂਗੇ। ਹਾਲੇਲੂਯਾ। ਤੁਹਾਨੂੰ ਪਤਾ ਹੈ ਹਨੇਰਾ ਸ਼ੈਤਾਨ ਨੂੰ ਦਰਸਾਉਂਦਾ ਆ ਤੇ ਚਾਨਣ ਸਾਡੇ ਪ੍ਰਭੂ ਨੂੰ ਦਰਸਾਉਂਦਾ ਹੈ। ਇੱਕ ਪਾਸੇ ਹਨੇਰਾ ਹੈ, ਇੱਕ ਪਾਸੇ ਚਾਨਣ ਹੈ, ਇੱਕ ਪਾਸੇ ਦੁੱਖ ਮੁਸੀਬਤਾਂ ਹਨ, ਠੋਕਰਾਂ ਹਨ, ਸ਼ਰਾਪ ਹਨ, ਤੇ ਦੂਜੇ ਪਾਸੇ ਜੀਵਨ ਹੈ, ਸ਼ਾਂਤੀ ਹੈ, ਆਰਾਮ ਹੈ। ਤੁਸੀਂ ਚੰਗੇ ਹੋ ਜੋ ਤੁਹਾਨੂੰ ਐਸਾ ਪ੍ਰਭੂ ਐਸਾ ਪਰਮੇਸ਼ਰ ਮਿਲਿਆ ਜਿਹਨੇ ਤੁਹਾਨੂੰ ਨੁਕਸਾਨ ਵਾਲੀ ਜ਼ਿੰਦਗੀ ਚੋਂ, ਲੌਸ ਵਾਲੇ ਜੀਵਨ ਚੋਂ, ਨਾਸ਼ ਵਾਲੇ ਜੀਵਨ ਚੋਂ, ਪਾਪ ਵਾਲੇ ਜੀਵਨ ਚੋਂ, ਨਸ਼ਾ ਵਾਲੇ ਜੀਵਨ ਤੋਂ, ਹਨੇਰੇ ਵਾਲੇ ਜੀਵਨ ਚੋਂ ਕੱਢ ਕੇ ਇੱਕ ਚੰਗਾ ਤੇ ਚੋਖਾ ਜੀਵਨ ਦੇ ਦਿੱਤਾ। ਬੋਲੋ ਹਾਲੇਲੂਯਾ। ਸਾਰੇ ਬੋਲੀ ਹਾਲੇਲੂਯਾ। ਤੁਸੀਂ ਚੰਗੇ ਹੋ, ਤੁਸੀਂ ਧੰਨ ਹੋ, ਕਿਉਂਕਿ ਤੁਹਾਡੇ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ, ਤੁਹਾਡੇ ਜੀਵਨ ਵਿੱਚੋਂ ਚਾਨਣ ਚਮਕਿਆ ਹੈ। ਹਾਲੇਲੂਯਾ। ਇਸ ਲਈ ਚਾਨਣ ਨੂੰ ਆਪਣੇ ਜੀਵਨ ਵਿੱਚੋਂ ਨਾ ਜਾਣ ਦਿਓ। ਹਮੇਸ਼ਾ ਚਾਨਣ ਵਿੱਚ ਚੱਲਣ ਦੀ ਕੋਸ਼ਿਸ਼ ਕਰੋ, ਹਮੇਸ਼ਾ ਉਹਦੇ ਵਚਨਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰੋ। ਸ਼ੈਤਾਨ ਬਾਰ ਬਾਰ ਹਨੇਰਾ ਕਰਨ ਦੀ ਕੋਸ਼ਿਸ਼ ਕਰੇਗਾ ਤੁਹਾਡੀ ਲਾਈਫ ਦੇ ਵਿੱਚ, ਸ਼ੈਤਾਨ ਬਾਰ ਬਾਰ ਤੁਹਾਨੂੰ ਠੋਕੇ ਖਵਾਉਣ ਦੀ ਕੋਸ਼ਿਸ਼ ਕਰੇਗਾ, ਕਦੀ ਦੋਸਤਾਂ ਮਿੱਤਰਾਂ ਦੇ ਦੁਆਰਾ, ਕਦੀ ਆਸ ਗੁਆਂਢ ਦੇ ਦੁਆਰਾ, ਕਦੀ ਬਿਮਾਰੀ ਦੇ ਦੁਆਰਾ, ਕਦੀ ਕਿਸੇ ਹੋਰ ਤਰੀਕੇ ਦੇ ਨਾਲ ਤੁਹਾਨੂੰ ਠੋਕਰ ਖਵਾਉਣ ਦੀ ਕੋਸ਼ਿਸ਼ ਕਰੇਗਾ। ਪਰ ਤੁਸੀਂ ਮੇਰੇ ਖੁਦਾ ਦੇ ਲੋਕੋ, ਪਰਮੇਸ਼ਵਰ ਦੇ ਲੋਕੋ, ਤੁਸੀਂ ਠੋਕਰ ਤੋਂ ਬਚਣਾ ਆ, ਤੁਸੀਂ ਹੁਸ਼ਿਆਰ ਰਹਿਣਾ ਆ, ਤੁਸੀਂ ਚਾਨਣ ਦੇ ਵਿੱਚ ਰਹਿਣਾ ਆ, ਤੁਸੀਂ ਹਨੇਰੇ ਤੋਂ ਬਚ ਕੇ ਰਹਿਣਾ ਆ, ਤੁਸੀਂ ਸ਼ੈਤਾਨ ਦੀਆਂ ਯੋਜਨਾਵਾਂ ਤੋਂ ਬਚ ਕੇ ਰਹਿਣਾ। ਹਾਲੇਲੂਯਾ। ਕਲਾਮ ਚ ਕੀ ਲਿਖਿਆ ਹੈ? ਤੁਸੀਂ ਕਬੂਤਰਾਂ ਵਾਂਗੂ ਘੋੜੇ ਅਤੇ ਸੱਪਾਂ ਵਾਂਗੂ ਉੱਚੀ ਬੋਲੋ ਹੁਸ਼ਿਆਰ ਰਹੋ, ਹੁਸ਼ਿਆਰ ਰਹੋ ਕਿ ਸ਼ੈਤਾਨ ਤੁਹਾਡੀ ਜ਼ਿੰਦਗੀ ਚ ਹਨੇਰਾ ਕਰਨਾ ਚਾਹੁੰਦਾ ਆ, ਸ਼ੈਤਾਨ ਤੁਹਾਨੂੰ ਠੋਕੇ ਖਵਾਉਣਾ ਚਾਹੁੰਦਾ ਆ। ਮੰਨ ਲਓ ਤੁਸੀਂ ਇੱਕ ਸੰਡੇ ਚਰਚ ਵਿੱਚ ਨਹੀਂ ਆਏ, ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਸੀ, ਤੁਹਾਨੂੰ ਕੋਈ ਤਕਲੀਫ ਵੀ ਨਹੀਂ ਸੀ, ਪਰ ਫਿਰ ਵੀ ਤੁਸੀਂ ਚਰਚ ਨਹੀਂ ਆਏ, ਇਹਦਾ ਮਤਲਬ ਤੁਹਾਨੂੰ ਸ਼ੈਤਾਨ ਨੇ ਰੋਕਿਆ। ਤੁਸੀਂ ਸੰਸਾਰ ਵਰਗੇ ਨਾ ਹੋ, ਤੁਸੀਂ ਸੰਸਾਰ ਦੇ ਆਪਣੇ ਆਪ ਨੂੰ ਢਾਲ ਕੇ ਚਾਨਣ ਤੋਂ ਦੂਰ ਕਿਉਂ ਕਰਦੇ ਹੋ? ਆਪਣੇ ਆਪ ਨੂੰ ਪਰਮੇਸ਼ਵਰ ਤੋਂ ਦੂਰ ਕਿਉਂ ਕਰਦੇ ਹੋ? ਦੁਨੀਆ ਬਹੁਤ ਕੁਛ ਕਰਦੀ ਹੈ, ਆਪਾਂ ਵੀ ਬੜਾ ਕੁਛ ਕਰਦੇ ਸੀਗੇ, ਪਰ ਪਰਮੇਸ਼ਵਰ ਨੇ ਸਾਨੂੰ ਉਹਨਾਂ ਦੇ ਵਿੱਚੋਂ ਬਾਹਰ ਕੱਢ ਲਿਆ। ਅਗਰ ਦੁਬਾਰਾ ਫਿਰ ਅਸੀਂ ਉੱਧਰ ਜਾਵਾਂਗੇ ਤੇ ਫਿਰ ਹਨੇਰੇ ਵਿੱਚ ਚੱਲਾਂਗੇ ਅਤੇ ਠੋਕਰਾਂ ਖਾਵਾਂਗੇ।